ਵੈਲਕਮ ਬੇਟਾ ਟੂ ਮਾਈ ਚੈਨਲ ਸੋ ਇਜ਼ੀ ਮੈਥ। ਮਾਈ ਡੀਅਰ ਸਟੂਡੈਂਟਸ, ਅੱਜ ਆਪਾਂ ਵੀਕਲੀ ਪ੍ਰੈਕਟਿਸ ਸ਼ੀਟ 5 ਕਲਾਸ 9th ਮੈਥ ਸੋਲਵ ਕਰਾਂਗੇ। ਵੀਡੀਓ ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਫਸਟ ਹੈਗਾ ਬੇਟਾ 1.7 ਕਿਲੋਮੀਟਰ ਦਾ 30%, 1.7 ਕਿਲੋਮੀਟਰ ਦਾ ਬੇਟਾ 30% ਕੱਢਣਾ। ਦੇਖੋ ਆਂਸਰ ਸਾਰੇ ਮੀਟਰਸ 'ਚ ਨੇ, ਤਾਂ ਬੇਟਾ ਨੇ ਪਹਿਲਾਂ ਹੀ ਮੀਟਰ 'ਚ ਕਨਵਰਟ ਕਰ ਲਓ। 1.7 ਕਿਲੋਮੀਟਰ ਮੀਟਰ 'ਚ ਕਨਵਰਟ ਕਰਨ ਲਈ ਕੀ ਕਰਾਂਗੇ ਆਪਾਂ, 1000 ਨਾਲ ਮਲਟੀਪਲਾਈ, ਕਿਉਂਕਿ 1 ਕਿਲੋਮੀਟਰ 1000 ਮੀਟਰ ਹੁੰਦੇ ਨੇ। 1700, 1 ਡਿਜਿਟ ਬਾਅਦ ਪੁਆਇੰਟ ਰਾਈਟ ਸਾਈਡ ਤੋਂ, ਮੀਨ 1700 ਮੀਟਰ। ਅੱਗੇ 30% ਆ ਆਫ, ਮੀਨਸ 30/100 ਇੰਟੂ 1700 ਆਫ ਦਾ ਮੀਨਸ ਗੁਣਾ ਮਲਟੀਪਲਾਈ, ਆ ਦੋਨੋਂ ਕੈਂਸਲ ਆਊਟ ਹੋ ਗਏ। 70 ਨੂੰ 30 ਨਾਲ ਗੁਣਾ ਕਰੋ, 30 ਨੂੰ 70 ਨਾਲ ਗੁਣਾ ਕਰਕੇ 510 ਮੀਟਰ। ਤਾਂ ਕਿਹੜੀ ਆਪਸ਼ਨ ਆ ਗਈ ਬੇਟਾ, ਫਸਟ। ਨੈਕਸਟ ਹੈਗਾ 4500 ਬੇਟਾ 9000 ਦਾ ਕਿੰਨੇ ਪ੍ਰਤੀਸ਼ਤ ਹੈ, ਵਟ ਪਰਸੈਂਟ ਔਫ 4500 ਇਜ਼ 9000। ਪਰਸੈਂਟੇਜ ਕਰ ਲਓ, 4500 ਕਿਹਦਾ ਕੱਢਣਾ, 9000 ਦਾ ਇੰਟੂ 100, ਇਹ ਕੈਂਸਲ ਆਊਟ ਹੋ ਗਏ, ਕਿੰਨਾ ਬਣ ਗਿਆ ਆਪਣੇ ਕੋਲ 50%। ਦਿਸ ਵਨ ਅੱਗੇ ਹੈਗਾ ਰੇਸ਼ੋ ਬੇਟਾ ਗਿਵਨ ਆ, ਇਹਨੂੰ ਪਰਸੈਂਟੇਜ 'ਚ ਕਨਵਰਟ ਕਰਨਾ ਆਪਾਂ ਨੇ, ਇਹ ਵੀ ਬਹੁਤ ਈਜ਼ੀ ਆ। 3:8 ਕਿਵੇਂ ਕਰਾਂਗੇ, 3/8 ਪਰਸੈਂਟੇਜ 'ਚ ਕਨਵਰਟ ਕਰਨ ਲਈ 100 ਨਾਲ ਕੀ ਕਰਾਂਗੇ, ਮਲਟੀਪਲਾਈ, 4 ਤੇ ਘੱਟ ਗਿਆ, 25 ਇੰਟੂ 375/2%, ਇਹਨੂੰ ਪੁਆਇੰਟਾਂ 'ਚ ਕੱਢ ਲਓ, ਕਿੰਨਾ ਆ ਗਿਆ ਆਪਣੇ ਕੋਲ 37.5%। ਦਿਸ ਵਨ ਨੈਕਸਟ ਹੈਗਾ ਬੇਟਾ ਉਹ ਪ੍ਰੈਸ਼ਰ ਦੱਸੋ ਜੋ ਚਿੱਤਰ 'ਤੇ ਬਿਨਾਂ ਰੰਗ ਕੀਤੇ ਖੇਤਰ ਨੂੰ ਦਰਸਾਉਂਦਾ ਹੈ, ਦਾ ਪਰਸੈਂਟੇਜ ਦੈਟ ਰਿਪ੍ਰਜੈਂਟ ਦਾ ਅਨਸ਼ੇਡਡ ਰੀਜਨ ਇਨ ਦਾ ਗਿਵਨ ਫਿਗਰ। ਅਨਸ਼ੇਡਡ ਜਿਹੜਾ ਰੰਗ ਨਹੀਂ ਕੀਤਾ ਹੋਇਆ ਉਹਦੀ ਪਰਸੈਂਟੇਜ ਕੱਢਣੀ ਹੈ। ਪਹਿਲਾਂ ਦੇਖੋ ਜੀ ਟੋਟਲ ਕਿੰਨੇ ਨੇ, 1, 2, 3, 4, 5, 6, 7, 8, 9, 10 ਬੇਟਾ ਇਹ 10×10 ਦਾ ਆ ਸਕੇਅਰ ਹੈ, ਇਹਦੇ ਵੀ ਦੇਖੋ 10 ਨੇ, 1, 2, 3, 4, 5, 6, 7, 8, 9, 10 ਮੀਨਸ ਟੋਟਲ ਬੋਕਸ ਕਿੰਨੇ ਹੋ ਗਏ, 10×10 100 ਸਕੇਅਰ ਨੇ ਟੋਟਲ ਇਹ। ਹੁਣ ਅਨਸ਼ੇਡਡ ਕਿੰਨੇ ਨੇ ਉਹ ਕਾਊਂਟ ਕਰ ਲਓ, 1, 2, 3, 4, 5, 6, 7, 8 ਬੇਟਾ ਨੀਚੇ ਹੋ ਗਏ, 8+8 ਇੱਧਰ ਕਿੰਨੇ ਰਹਿ ਗਏ, 1, 2, 3, 4, 5, 6 6 ਹੀ ਬੇਟਾ ਇੱਧਰ ਹੋਣਗੇ, 6+6 ਹੁਣ ਇਹ ਕਿੰਨੇ ਅੰਦਰ, 1, 2, 3, 4, 5, 6, 7, 8, 9, 10, 11, 12 ਠੀਕ ਹੈ, 12 ਬੇਟਾ ਇਹ ਹੋ ਗਏ, ਇਹਨੂੰ ਐਡ ਕਰ ਲਓ, 8×8 16 6×6 12 + 12 ਕਿੰਨੇ ਬਣ ਗਏ, 40 ਠੀਕ ਹੈ। ਹੁਣ ਪਰਸੈਂਟੇਜ ਕਰ ਲਓ, 40 ਟੋਟਲ ਕਿੰਨੇ ਸੀਗੇ, 100×100 ਮੀਨਸ 40%। ਤਾਂ ਕਿਹੜੀ ਆਪਸ਼ਨ ਆਊਗੀ ਦੇਖੋ ਆਪਣੇ ਕੋਲ, ਥਰਡ ਆਪਸ਼ਨ। ਅੱਗੇ ਹੈਗਾ ਆਪਣੇ ਕੋਲ ਇਫ 7% ਆਫ ਏ ਨੰਬਰ ਇਜ਼ 42 ਦੈਨ ਦਾ ਨੰਬਰ ਇਜ਼, ਜੇਕਰ ਕਿਸੇ ਸੰਖਿਆ ਦਾ 7/3% 42 ਹੈ ਤਾਂ ਉਹ ਸੰਖਿਆ ਕੱਢੋ। ਬੇਟਾ ਸੰਖਿਆ ਨੰਬਰ ਆਪਾਂ ਨੇ ਐਕਸ ਲੈ ਲਿਆ, ਐਕਸ ਦਾ ਜਿਹੜਾ
7/3% ਜਿਹਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ 7/3% ਆਫ ਐਕਸ ਇੰਗਲਿਸ਼ ਦੇ ਵਿੱਚ ਕਿੰਨਾ ਆਪਣੇ ਕੋਲ 42 ਆਪਾਂ ਐਕਸ ਕਰਨਾ ਹੈ ਦਾ ਆਫ ਮੀਨਸ ਗੁਣਾ ਐਕਸ ਇੰਟੂ 7 ਪਰਸੈਂਟੇਜ ਦੀ ਬੇਟਾ 100 ਨੀਚੇ ਲੱਗ ਜੂਗੀ ਇਜ ਇਕੁਅਲ ਟੂ 42 ਤਾਂ ਬੇਟਾ ਆਪਣੇ ਕੋਲ ਐਕਸ ਦੀ ਵੈਲਿਊ ਕਿੰਨੀ ਆ ਜੂਗੀ 42 ਇੰਟੂ 3 ਇੰਟੂ 100 300 ਡਿਵਾਈਡਡ ਬਾਏ 7 ਇਹ ਕੱਟ ਗਿਆ 6 ਇੰਟੂ 300 ਕਿੰਨਾ ਆ ਗਿਆ ਆਪਣੇ ਕੋਲ 1800 ਠੀਕ ਹੈ ਤਾਂ ਐਕਸ ਦਾ ਮੁੱਲ ਕਿੰਨਾ ਆ ਗਿਆ ਬੇਟਾ ਆਪਣੇ ਕੋਲ 1800 ਨੈਕਸਟ ਹੈਗਾ ਜੇਕਰ ਅੰਕਿਤ ਮੁੱਲ ਐਕਸ 'ਤੇ ਏ ਪਰਸੈਂਟ ਪ੍ਰੈਸ਼ਰ ਛੋਟ ਹੈ ਤਾਂ ਛੋਟ ਕਿੰਨੀ ਹੋਵੇਗੀ ਇਫ ਏ ਪਰਸੈਂਟ ਇਜ਼ ਏ ਡਿਸਕਾਊਂਟ ਪਰਸੈਂਟ ਔਨ ਏ ਮਾਰਕਟ ਪ੍ਰਾਈਸ ਐਕਸ ਦੈਨ ਦਾ ਡਿਸਕਾਊਂਟ ਬੇਟਾ ਡਿਸਕਾਊਂਟ ਦਾ ਫਾਰਮੂਲਾ ਹੁੰਦਾ ਡਿਸਕਾਊਂਟ ਹਮੇਸ਼ਾ ਕਿਤੇ ਨਿਕਲਦਾ ਆ ਮਾਰਕਟ ਪ੍ਰਾਈਸ 'ਤੇ ਠੀਕ ਹੈ ਅੰਕਿਤ ਮੁੱਲ 'ਤੇ ਇਹ ਹੁੰਦਾ ਆਪਣੇ ਜਿਹੜਾ ਅੰਕਿਤ ਮੁੱਲ ਆ ਉਹਦਾ ਏ ਪ੍ਰਤੀਸ਼ਤ ਕੀ ਆਪਣੇ ਕੋਲ ਡਿਸਕਾਊਂਟ ਜਿਹਨੂੰ ਆਪਾਂ ਇੰਗਲਿਸ਼ ਲਿਖ ਸਕਦੇ ਹਾਂ ਏ ਪਰਸੈਂਟ ਆਫ ਐਕਸ ਇਹ ਬਣ ਜੂਗਾ ਫਿਰ ਐਕਸ ਇੰਟੂ ਏ ਬਾਏ 100 ਤਾਂ ਕਿਹੜੀ ਆਪਸ਼ਨ ਆ ਥਰਡ ਆਪਸ਼ਨ ਅਗਲਾ ਹੈਗਾ ਬੇਟਾ ਇੱਕ ਸਕੂਲ ਵਿੱਚ ਕੁੱਲ 1200 ਵਿਦਿਆਰਥੀ ਵਿੱਚੋਂ 60% ਮੁੰਡੇ ਨੇ ਮੁੰਡਿਆਂ ਅਤੇ ਕੁੜੀਆਂ ਦੀ ਗਿਣਤੀ ਦਾ ਅਨੁਪਾਤ ਕਰਨਾ ਇੰਨੇ ਸਕੂਲ ਆਊਟ ਆਫ 1200 ਸਟੂਡੈਂਟਸ ਦੇਰ ਆਰ 60% ਬੋਆਇਜ਼ ਫਾਇੰਡ ਦ ਰੇਸ਼ੋ ਆਫ ਨੰਬਰ ਆਫ ਬੋਆਇਜ਼ ਐਂਡ ਗਰਲਸ ਟੋਟਲ 1200 ਨੇ ਬੇਟਾ ਤਾਂ ਬੋਆਇਜ਼ ਕਿੰਨੇ ਨੇ ਆਪਣੇ ਕੋਲ 60% ਇਹਨੂੰ ਨੰਬਰ 'ਚ ਕਨਵਰਟ ਕਰ ਦਿਉ ਬੋਆਇਜ਼ ਮੀਨਸ ਲੜਕੇ ਕਿੰਨੇ ਨੇ ਆਪਣੇ ਕੋਲ 60% ਕਿਹਦਾ 1200 ਦਾ 1200 ਦਾ 60% ਜਿਹਨੂੰ ਆਪਾਂ ਲਿਖ ਸਕਦੇ ਹਾਂ ਇੰਗਲਿਸ਼ ਦੇ ਵਿੱਚ 60% ਆਫ 1200 ਦੇਖੋ ਕਿੰਨਾ ਬਣ ਗਿਆ 1200 ਇੰਟੂ 60/100 ਠੀਕ ਹੈ 120 ਨੂੰ ਬੇਟਾ 60 ਨਾਲ ਗੁਣਾ ਕਰ ਦਿਉ ਕਿੰਨਾ ਆ ਗਿਆ 720 ਇਹ ਲੜਕੇ ਆ ਗਏ ਤਾਂ ਲੜਕੀਆਂ ਕਿੰਨੀਆਂ ਆ ਗਈਆਂ ਗਰਲਸ ਟੋਟਲ ਕਿੰਨੇ ਸੀ ਬੇਟਾ 1200 720 ਕੀ ਆ ਗਏ ਲੜਕੇ ਤਾਂ ਲੜਕੀਆਂ ਕਿੰਨੀਆਂ ਰਹਿ ਗਈਆਂ ਫੋਰ ਹੰਡਰਡ 80 ਠੀਕ ਹੈ 480 ਕੀ ਹੋ ਗਈਆਂ ਕੁੜੀਆਂ ਹੁਣ ਦੋਨਾਂ ਦੀ ਰੇਸ਼ੋ ਕੱਢੋ ਇਹ ਬਣ ਜੂਗਾ 720 ਬਟਾ 400 ਕਿੰਨਾ ਆਇਆ ਸੀਗਾ 80 ਮੈਨੇ ਬੇਟਾ 12 ਟੇਬਲ 'ਤੇ ਘਟਾ ਤਾ ਫਿਰ 2 'ਤੇ 3:2 ਤਾਂ ਕਿਹੜੀ ਆਪਸ਼ਨ ਆ ਗਈ ਆਪਣੇ ਕੋਲ ਇਹ ਥਰਡ ਦਿਸ ਵਨ ਨੈਕਸਟ ਹੈਗਾ ਇੱਕ ਸਕੂਟਰ ਦਾ ਮੁੱਲ 60,000 ਰੁਪਏ ਹੈ ਮੁੱਲ ਵਿੱਚ 15% ਵਾਧਾ ਹੋਣ ਕਾਰਨ ਵਾਧਾ ਹੋਣ ਤੋਂ ਬਾਅਦ ਸਕੂਲ ਦਾ ਨਵਾਂ ਸਕੂਟਰ ਦਾ ਜਿਹੜਾ ਨਵਾਂ ਮੁੱਲ ਉਹ ਕੀ ਹੋਏਗਾ ਦਾ ਪ੍ਰਾਈਸ ਔਫ ਸਕੂਟਰ ਇਜ਼ 60,000 ਆਫਟਰ ਇਨਕਰੀਜ਼ ਔਫ 5% ਵਟ ਵਿਲ ਬੀ ਇਟਸ ਨਿਊ ਪ੍ਰਾਈਸ ਨਵੀਂ ਪ੍ਰਾਈਸ ਕਰਨੀ ਬੇਟਾ ਸ਼ੁਰੂ 'ਚ ਕਿੰਨਾ ਸੀਗਾ ਆਪਣੇ ਕੋਲ 60,000 ਇਹਦਾ 5% ਇਨਕਰੀਜ਼ ਹੋ ਗਿਆ ਮੀਨਸ ਵਾਧਾ ਇਨਕਰੀਜ਼ ਕਿੰਨਾ ਹੋ ਗਿਆ 15% 15% ਮੀਨਸ 15/100 ਕਿਹਦਾ 60,000 ਦਾ ਇਹ ਕੈਂਸਲ ਆਊਟ
ਕਿੰਨਾ ਆ ਗਿਆ 9000। ਇੰਨਾ ਵਾਧਾ ਹੋ ਗਿਆ, ਪਹਿਲਾਂ ਕਿੰਨਾ ਸੀਗਾ ਆਪਣੇ ਕੋਲ 60000, 60000, 9000 ਵੱਧ ਗਿਆ। ਤਾਂ ਹੁਣ ਨਵਾਂ ਮੁੱਲ ਕਿੰਨਾ ਆ ਗਿਆ 69000। ਤਾਂ ਕਿਹੜੀ ਆਪਸ਼ਨ ਆਊਗੀ ਬੇਟਾ? ਫਸਟ। ਨੈਕਸਟ ਹੈਗਾ, ਗੌਰਵ ਨੇ ਦੋ ਮੇਜ਼ ਮਤਲਬ 2 tables ਉਹਨੇ ਖਰੀਦੇ ਨੇ, ਠੀਕ ਹੈ, ਬਾਈ ਕੀਤੇ ਨੇ 1200 rupees ਪ੍ਰਤੀ ਮੇਜ਼ ਦੀ ਦਰ ਨਾਲ। ਹਰੇਕ ਟੇਬਲ 1200 rupees ਦਾ ਆ। ਇੱਕ ਮੇਜ਼ 'ਤੇ 5% ਲਾਭ ਹੋਇਆ, ਦੂਜੇ 'ਤੇ ਉਹਨੂੰ 10% ਲਾਭ ਹੋਇਆ। ਤਾਂ ਕੁੱਲ ਪ੍ਰੋਫਿਟ ਕਰਨਾ, ਟੋਟਲ ਪ੍ਰੋਫਿਟ ਕਰਨਾ, ਟੋਟਲ ਗੇਨ ਕਰਨਾ ਉਹਦਾ, ਠੀਕ ਹੈ। ਦੋ ਟੇਬਲ ਨੇ ਬੇਟਾ, ਦੋਨਾਂ ਦੀ ਕੋਸਟ ਪ੍ਰਾਈਸ ਆ ਜਿਹੜੀ, ਮੀਨਸ ਖਰੀਦ ਮੁੱਲ ਕਿੰਨਾ ਆਪਣੇ ਕੋਲ 1200। ਫਸਟ ਦਾ ਹੋ ਗਿਆ, ਸੈਕਿੰਡ ਦਾ ਵੀ ਕੱਢ ਲੈਂਦੇ ਹਾਂ। ਉਹਦੀ ਕੋਸਟ ਪ੍ਰਾਈਸ ਕਿੰਨੀ ਆਪਣੇ ਕੋਲ? 1200। ਟੇਬਲ 1 ਹੋ ਗਿਆ, ਇਹ ਟੇਬਲ 2 ਹੋ ਗਿਆ। ਇੱਕ ਤਾਂ ਪ੍ਰੋਫਿਟ ਹੋਇਆ 5%। ਤਾਂ ਆਪਣੇ ਕੋਲ ਬੇਟਾ ਸੈਲਿੰਗ ਪ੍ਰਾਈਸ ਦਾ ਫਾਰਮੂਲਾ ਹੁੰਦਾ 100+ profit% / 100 × selling price, ਮੀਨਸ ਖਰੀਦ ਕੋਸਟ ਪ੍ਰਾਈਸ, ਮੀਨਸ ਖਰੀਦ ਮੁੱਲ 100+। ਪਹਿਲੇ ਤਾਂ ਪ੍ਰੋਫਿਟ ਕਿੰਨਾ ਹੋਇਆ? 5 / 100 × 1200। ਠੀਕ ਹੈ, ਇਹ ਕੈਂਸਲ ਆਊਟ ਹੋ ਗਏ। 105 × 12, ਠੀਕ ਹੈ। 105 ਨੂੰ ਬੇਟਾ ਤੁਸੀਂ 12 ਨਾਲ ਮਲਟੀਪਲਾਈ ਕਰੋ, ਇਹ ਬਣ ਜੂ ਤੁਹਾਡੇ ਕੋਲ 1260, 1260 rupees। ਠੀਕ ਹੈ, ਦੂਜੇ ਉੱਪਰ ਕਿੰਨਾ ਹੋਇਆ ਬੇਟਾ? ਪ੍ਰੋਫਿਟ 10%, ਮੀਨਸ 100+10/100 × ਕਿੰਨਾ ਆਜੂ ਆਪਣੇ ਕੋਲ? 1200। ਇਹ ਦੋਨੋਂ ਜ਼ੀਰੋਸ ਕੈਂਸਲ ਆਊਟ, ਇਹ ਬਣ ਗਿਆ 110 × 12, ਇਹ ਬਣ ਗਿਆ 1320, 1320 rupees। ਹੁਣ ਟੋਟਲ ਬੇਟਾ ਕੋਸਟ ਪ੍ਰਾਈਸ ਕੱਢਾਂਗੇ, ਟੋਟਲ ਸੈਲਿੰਗ ਪ੍ਰਾਈਸ। ਦੇਖੋ ਟੋਟਲ ਜਿਹੜੀ CP ਆ, ਕੋਸਟ ਪ੍ਰਾਈਸ ਆ, ਖਰੀਦ ਮੁੱਲ ਆ, ਉਹ ਕਿੰਨਾ ਬਣ ਗਿਆ? 1200+1200, 2400 rupees। ਜਿਹੜੀ ਟੋਟਲ SP ਆ, ਸੈਲਿੰਗ ਪ੍ਰਾਈਸ, ਪਹਿਲੇ ਉੱਪਰ ਕਿੰਨਾ ਸੀਗਾ? 1260, ਦੂਜੇ ਉੱਪਰ ਸੀ ਬੇਟਾ 1320। ਤਾਂ ਐਡ ਕਰਕੇ ਆਪਣੇ ਕੋਲ ਕਿੰਨਾ ਆ ਗਿਆ? 2580। ਹੁਣ ਦੇਖੋ ਸੈਲਿੰਗ ਪ੍ਰਾਈਸ ਵੱਧ, ਟੋਟਲ ਪ੍ਰੋਫਿਟ ਹੀ ਹੋਇਆ ਉਹਨੂੰ, ਚਲੋ। ਤਾਂ ਪ੍ਰੋਫਿਟ ਕਿੰਨਾ ਹੋ ਗਿਆ, ਲਾਭ ਕਿੰਨਾ ਹੋਇਆ? ਇਹਨੂੰ ਮਾਈਨਸ ਕਰ ਦਿਉ, 2580 ਦੇ ਵਿੱਚੋਂ ਮਾਈਨਸ ਕਰ ਦਾਂਗੇ ਆਪਾਂ 2400, ਤਾਂ ਕਿੰਨਾ ਆ ਗਿਆ? 180 rupees, 180 rupees ਦਾ ਲਾਭ ਹੋਇਆ। ਤਾਂ ਕਿਹੜੀ ਆਪਸ਼ਨ ਆਓ ਬੇਟਾ? ਸੈਕਿੰਡ। ਨੈਕਸਟ ਹੈਗਾ, ਜੇਕਰ ਕਿਸੇ ਸ਼ਹਿਰ ਦੀ ਕੁੱਲ ਆਬਾਦੀ 1,80,000 ਆ, 33% ਔਰਤਾਂ ਨੇ, 40% ਮਰਦ ਨੇ, ਬਾਕੀ ਕੀ ਨੇ? ਬੱਚੇ। ਤਾਂ ਬੱਚਿਆਂ ਦੀ ਗਿਣਤੀ ਦੱਸਣੀ ਆ। ਟੋਟਲ ਪਾਪੂਲੇਸ਼ਨ ਆਫ ਏ ਸਿਟੀ ਇਜ਼ 1,80,000, ਇਫ ਦੇਰ ਆ 35% ਵੂਮੈਨ, 40% ਮੈਨ ਇਨ ਏ ਸਿਟੀ, ਦੈਨ ਦਾ ਨੰਬਰ ਆਫ ਚਿਲਡਰਨ। ਦੇਖੋ ਬੇਟਾ, ਇੰਨੇ ਪਰਸੈਂਟ ਵੀਮੈਨ ਨੇ, ਇੰਨੇ ਪਰਸੈਂਟ ਮੈਨ ਨੇ, ਤਾਂ ਚਿਲਡਰਨ ਬੱਚੇ ਕਿੰਨੇ ਹੋਏ ਆਪਣੇ ਕੋਲ, ਉਹਨਾਂ ਦੀ ਪਰਸੈਂਟੇਜ ਕਿੰਨੀ ਹੋਈ? ਟੋਟਲ ਪਰਸੈਂਟ 100, ਇਹ 'ਚ ਦੋਨਾਂ ਨੂੰ ਮਾਈਨਸ ਕਰ ਦਿਉ, 35+14 ਮੀਨਸ 100 - 75 ਮੀਨਸ 20% ਕੀ ਨੇ? ਬੱਚੇ ਨੇ। ਅਤੇ ਟੋਟਲ ਪਾਤੀ ਦਾ 25% ਕੱਢ ਲਓ, ਕਿਵੇਂ ਕੱਢਾਂਗੇ? 25/100 × 1,80,000, ਠੀਕ ਹੈ। ਆਹ ਦੋਨੋਂ ਜ਼ੀਰੋਸ ਕੱਟ ਗਈਆਂ, ਇਹਨੂੰ ਮਲਟੀਪਲਾਈ ਕਰ ਦਿਉ, ਅਤੇ ਤੁਹਾਡਾ ਆਂਸਰ ਆ ਜਾਓ ਬੇਟਾ
45,000, 45,000. ਠੀਕ ਹੈ ਬੇਟਾ, ਆਹ ਦੋਨੋਂ ਕੈਂਸਲ ਆਊਟ ਹੋ ਗਈਆਂ। 25 ਨੂੰ 1800 ਨਾਲ ਮਲਟੀਪਲਾਈ ਕਰਕੇ ਤੁਹਾਡਾ ਆਂਸਰ ਆਊਗਾ 45,000। ਤਾਂ ਕਿਹੜੀ ਆਪਸ਼ਨ ਆ ਗਈ? ਸੈਕਿੰਡ। ਅਗਲਾ ਕੁਸ਼ਚਨ ਸੇਮ ਪਹਿਲਾਂ ਨਾਲ ਦਈਏ ਬੇਟਾ। ਇਹ 'ਚ ਵੀ ਦੇਖੋ ਇੰਗਲਿਸ਼ ਅਤੇ ਪੰਜਾਬੀ ਸਟੇਟਮੈਂਟ ਦਾ ਫਰਕ ਹੈ। ਮੈਂ ਚਲੋ ਪੰਜਾਬੀ ਦੇ ਹਿਸਾਬ ਨਾਲ ਕਰ ਲੈਂਦੀ ਹਾਂ, ਜਿੰਨੇ ਪਰਸੈਂਟੇਜ ਆਉਂਦੀ ਆ ਤੁਸੀਂ ਜਿਹੜੇ ਮਰਜ਼ੀ ਰਕਮ ਦੇ ਹਿਸਾਬ ਨਾਲ ਕਰ ਲਓ। ਹੁਣ ਇਹ 'ਚ ਦੇਖੋ, ਇੱਕ ਦੁਕਾਨਦਾਰ ਨੇ ਦੋ ਘੜੀਆਂ ਖਰੀਦੀਆਂ ਨੇ। ਇੱਕ ਘੜੀ ਦਾ ਮੁੱਲ 500 ਆ, ਜਿਹੜਾ ਵੇਚ ਮੁੱਲ ਆ ਉਹਦਾ। ਠੀਕ ਹੈ, ਇੱਕ ਉੱਪਰ 10% ਲਾਭ ਹੁੰਦਾ ਹੈ, ਪ੍ਰੋਫਿਟ ਹੁੰਦਾ, ਦੂਜੇ ਉੱਪਰ 10% ਹਾਨੀ ਲੋਸ ਹੁੰਦਾ ਆ। ਦੱਸਣਾ ਸੌਦੇ ਵਿੱਚ ਟੋਟਲ ਕੁੱਲ ਮਿਲਾ ਕੇ ਉਹਨੂੰ ਕਿੰਨਾ ਲਾਭ ਜਾਂ ਹਾਨੀ ਹੋਈ ਆ। ਠੀਕ ਹੈ, ਦੇਖੋ ਬੇਟਾ, ਪਹਿਲੀ ਘੜੀ ਦੀ ਸੈਲਿੰਗ ਪ੍ਰਾਈਸ ਆ ਜਿਹੜੀ ਉਹ ਹੈਗੀ ਆ ਆਪਣੇ ਕੋਲ 500। ਦੂਸਰੀ ਘੜੀ ਦੀ ਵੀ ਸੈਲਿੰਗ ਪ੍ਰਾਈਸ ਕਿੰਨੀ ਆ ਆਪਣੇ ਕੋਲ? 500। ਦੋਨੋਂ 500 ਦੀਆਂ ਹੀ ਨੇ। ਹੁਣ ਆਪਾਂ ਨੂੰ ਕੋਲ ਬੇਟਾ ਕੋਸਟ ਪ੍ਰਾਈਸ, ਖਰੀਦ ਮੁੱਲ ਦਾ ਫਾਰਮੂਲਾ ਹੁੰਦਾ 100/100 ਪਲੱਸ। ਜੇ ਪ੍ਰੋਫਿਟ ਹੋਊਗਾ ਤਾਂ ਪਲੱਸ ਕਰਾਂਗੇ, ਜੇ ਲੋਸ ਹੋਊਗਾ ਤਾਂ ਮਾਈਨਸ ਲੋਸ ਪਰਸੈਂਟ ਹਾਨੀ ਇੰਟੂ ਸੈਲਿੰਗ ਪ੍ਰਾਈਸ। ਅਤੇ ਇੱਧਰ ਬਣ ਜਾਓ ਬੇਟਾ 100/, ਪਹਿਲੇ ਉੱਪਰ ਦੇਖੋ 10% ਲਾਭ ਹੋਇਆ, 100 ਪਲੱਸ ਪ੍ਰੋਫਿਟ 10 ਭਰਤਾ, ਕਿੰਨਾ ਬਣ ਗਿਆ? 110 ਇੰਟੂ 500। ਪਹਿਲੇ ਉੱਪਰ ਕਿੰਨਾ ਆ ਗਿਆ? 5,000/11 rupees, ਇਹ ਦੀ ਆ ਗਈ ਕੋਸਟ ਪ੍ਰਾਈਸ ਪਹਿਲੇ ਦੀ। ਇੱਦਾਂ ਦੂਜੇ ਦੀ ਕੱਢ ਦਿਉ ਬੇਟਾ ਕੋਸਟ ਪ੍ਰਾਈਸ, ਇਹ ਬਣ ਜੂਗਾ 100। ਇਹਦੇ ਉੱਪਰ ਕਿੰਨਾ ਹਾਨੀ ਹੋਈ ਹੈ? 10%, ਤਾਂ ਮਾਈਨਸ ਹੋਊਗਾ ਲੋਸ, ਤਾਂ 100-10 ਕਿੰਨਾ ਬਣ ਗਿਆ? 90/500, ਇਹ ਕੈਂਸਲ ਆਊਟ ਬੇਟਾ, ਇਹ ਬਣ ਗਿਆ ਆਪਣੇ ਕੋਲ 5,000/9। ਹੁਣ ਟੋਟਲ ਸੀ ਪੀ ਕੱਢ ਲਾਂਗੇ, ਟੋਟਲ ਐੱਸ ਪੀ ਕੱਢ ਲਾਂਗੇ। ਦੇਖੋ ਟੋਟਲ ਐੱਸ ਪੀ, ਟੋਟਲ ਜਿਹੜੀ ਸੈਲਿੰਗ ਪ੍ਰਾਈਸ ਆ ਦੋਨਾਂ ਘੜੀਆਂ ਦੀ 500+500 ਕਿੰਨਾ ਆ ਗਿਆ ਆਪਣੇ ਕੋਲ? 1,000। ਟੋਟਲ ਜਿਹੜੀ ਕੋਸਟ ਪ੍ਰਾਈਸ ਆ ਖਰੀਦ ਮੁੱਲ, ਠੀਕ ਹੈ, ਇਹ ਬਣ ਜੂ ਬੇਟਾ ਆਪਣੇ ਕੋਲ, ਪਹਿਲੇ ਉੱਪਰ ਸੀਗਾ 5,000/11 ਸੀਗਾ, ਦੂਜੇ ਦਾ ਸੀਗਾ ਆਪਣੇ ਕੋਲ 5,000/9। ਇਹਨੂੰ ਹੱਲ ਕਰ ਲਓ, ਬਟਰਫਲਾਈ ਲਗਾ ਲਿਆ ਮੈਨੇ 99, ਇੱਥੇ ਆ ਜੂਗਾ 45,000+55,000। ਠੀਕ ਹੈ ਜੀ, ਇਹਨੂੰ ਐਡ ਕਰ ਲਓ, ਇਹ ਬਣ ਜੂ ਤੁਹਾਡੇ ਕੋਲ 0,0,0,0,10/99। ਠੀਕ ਹੈ ਜੀ, ਇਹਨੂੰ ਡਿਵਾਈਡ ਕਰਕੇ ਤੁਹਾਡਾ ਆਂਸਰ ਆ ਜੂਗਾ ਬੇਟਾ, ਇਹ ਬਣ ਜੂ ਆਪਣੇ ਕੋਲ 1,010.10। ਠੀਕ ਹੈ, 1,010.10। ਹੁਣ ਦੇਖੋ ਟੋਟਲ ਐੱਸ ਪੀ ਸੀਗੀ 1,000, ਟੋਟਲ ਸੀ ਪੀ ਕਿੰਨੇ? 1,010, ਮਤਲਬ ਵੱਧਦੀ ਖਰੀਦ ਕੇ ਘੱਟਦੀਆਂ ਵੇਚਦੀਆਂ, ਮੀਨਸ ਉਹਨੂੰ ਕੀ ਹੋਇਆ? ਲੋਸ ਓਵਰਆਲ। ਠੀਕ ਹੈ, ਕਿੰਨਾ ਹੋਇਆ ਮਾਈਨਸ ਕਰਕੇ ਦੇਖਦੇ ਹਾਂ ਆਪਾਂ। ਇਹ ਬਣ ਜੂਗਾ ਬੇਟਾ ਟੋਟਲ ਲੋਸ ਹੋਇਆ ਉਹਨੂੰ, ਇਹ ਸੀਗਾ 1,010.10 -1,000।
ਮੀਨਸ ਇਹ ਬਣ ਗਿਆ ਆਪਣੇ ਕੋਲ 10.1 ਰੁਪੀਸ। ਅੱਗੇ ਪਰਸੈਂਟੇਜ ਕੱਢਾਂਗੇ, ਇਹ ਆ ਜੂਗਾ 10.1 ਡਿਵਾਈਡਡ ਬਾਈ ਟੋਟਲ ਜਿਹੜੀ ਸੀਗੀ ਆਪਣੇ ਕੋਲ ਕੋਸਟ ਪ੍ਰਾਈਸ 1000 ਇੰਟੂ 100 1.01%, ਜਿਹਨੂੰ ਆਪਾਂ 1% ਲੈ ਸਕਦੇ ਹਾਂ ਅਪਰੋਕਸੀਮੇਟ। ਇੰਨਾ ਕੀ ਹੋਇਆ ਲੋਸ ਦਿਸ ਵਨ। ਅੱਗੇ ਗਾ, ਜਦੋਂ ਇੱਕ ਨਵਾਂ ਪੁੱਲ ਬਣਾਇਆ ਗਿਆ ਤਾਂ ਇੱਕ ਬੱਸ ਦੁਆਰਾ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਯਾਤਰਾ ਕਰਨ ਲਈ ਔਸਤ ਸਮਾਂ 50 ਮਿੰਟ ਤੋਂ ਘੱਟ ਕੇ 40 ਮਿੰਟ ਹੋ ਗਿਆ। ਦੋ ਸ਼ਹਿਰਾਂ ਦੇ ਵਿੱਚ ਯਾਤਰਾ ਕਰਨ ਵਿੱਚ ਲਏ ਗਏ ਸਮੇਂ ਵਿੱਚ ਕਿੰਨੇ ਪ੍ਰੈਸ਼ਰ ਦੀ ਕਮੀ ਹੋਈ? ਬੇਟਾ, ਵਾਟ ਇਜ਼ ਦਾ ਪਰਸੈਂਟੇਜ ਡਿਕਰੀਜ਼ ਇਨ ਟਾਈਮ ਟੇਕਨ ਟੂ ਟਰੈਵਲ ਬਿਟਵੀਨ ਟੂ ਸਿਟੀਜ਼? ਮੈਂ ਦੋ ਸਿਟੀਜ਼, ਇੱਕ ਸਿਟੀ ਤੋਂ ਦੂਜੀ ਸਿਟੀ ਤੱਕ ਜਾਣ ਲਈ ਸਮਾਂ ਘਟਿਆ, ਠੀਕ ਹੈ, ਪਹਿਲਾਂ 50 ਮਿੰਟ ਸੀ ਫਿਰ 40 ਮਿੰਟ ਹੋ ਗਿਆ, ਠੀਕ ਹੈ, ਦੱਸਣਾ ਕਿੰਨੇ ਪਰਸੈਂਟ ਘਟਿਆ। ਪਹਿਲਾਂ ਡਿਕਰੀਜ਼ ਕੱਢਾਂਗੇ ਆਪਾਂ, ਘਟਿਆ ਕਿੰਨਾ ਸੀਗਾ, ਪਹਿਲਾਂ 50 ਸੀਗਾ ਅਤੇ 40, 10 ਮਿੰਟ ਘੱਟ ਗਿਆ, ਅਤੇ ਪਰਸੈਂਟੇਜ 'ਚ ਕਿੰਨਾ ਆਊਗਾ 10, ਜਿਹੜਾ ਸ਼ੁਰੂ ਵਾਲਾ ਸੀਗਾ 50 × 100 ਮੀਨਸ 20% ਡਿਕਰੀਜ਼ ਹੋ ਗਿਆ ਦਿਸ ਵਨ। ਨੈਕਸਟ ਹੈਗਾ ਆਪਣੇ ਕੋਲ, ਇਹਨੂੰ ਸੋਲਵ ਕਰਨਾ ਬੇਟਾ, ਇਹ ਬਣ ਜੂਗਾ 40% ਮੀਨਸ 40/100 ਆਫ ਮੀਨਸ ਇੰਟੂ 100 ਮਾਈਨਸ 20% ਮੀਨਸ 20/100 ਆਫ ਮੀਨਸ ਮਲਟੀਪਲਾਈ ਇੰਟੂ 300। ਜ਼ੀਰੋ ਨਾਲ ਬੇਟਾ ਜ਼ੀਰੋ ਕੈਂਸਲ ਆਊਟ ਹੋ ਗਈ, ਇਹ ਵੀ ਘਟਾ ਸਕਦੇ ਹੋ 4/10 ਇੰਟੂ 100 ਮਾਈਨਸ 3 × 20 = 60 ਮੀਨਸ ਇਹ ਬਣ ਗਿਆ 4/10 ਇੰਟੂ 100 ਮਾਈਨਸ 60 ਕਿੰਨਾ ਬਣ ਗਿਆ 40, ਕਿੰਨਾ ਆ ਗਿਆ ਆਪਣੇ ਕੋਲ 16। ਕਿਹੜਾ ਆਂਸਰ ਆ ਗਿਆ ਬੇਟਾ? ਸੈਕਿੰਡ ਆਪਸ਼ਨ। ਅੱਗੇ 20% ਅਤੇ 10% ਦੇ ਲਗਾਤਾਰ ਛੋਟਾਂ 'ਤੇ ਏਕਲ ਸਿੰਗਲ ਡਿਸਕਾਊਂਟ ਕੀ ਹੋਵੇਗਾ? ਵਟ ਵਿਲ ਵੀ ਦਾ ਸਿੰਗਲ ਡਿਸਕਾਊਂਟ ਔਨ ਸਕਸੈਸਿਵ ਡਿਸਕਾਊਂਟ ਆਫ 20% ਐਂਡ 10%? ਬਹੁਤ ਈਜ਼ੀ ਕੁਸ਼ਚਨ ਹੈ ਬੇਟਾ। ਆਪਾਂ ਮੰਨ ਕੇ ਚੱਲਦੇ ਹਾਂ ਜਿਹੜੀ ਮਾਰਕੀਟ ਪ੍ਰਾਈਸ ਆ ਮੀਨਸ ਅੰਕਿਤ ਮੁੱਲ, ਆਪਾਂ 100 ਲੈ ਕੇ ਚੱਲਦੇ ਹਾਂ, ਠੀਕ ਹੈ। ਪਹਿਲਾ ਡਿਸਕਾਊਂਟ ਸੀਗਾ 10% ਮੀਨਸ ਸੈਲਿੰਗ ਪ੍ਰਾਈਸ, ਕਿੰਨੇ ਦੀ ਵੇਚੀ ਪਹਿਲੇ ਡਿਸਕਾਊਂਟ ਤੋਂ ਬਾਅਦ? ਇਹ ਆਊਗਾ 100 ਦਾ ਕਿੰਨਾ ਪਰਸੈਂਟ ਸੀਗਾ? 20%। ਪਹਿਲਾਂ ਡਿਸਕਾਊਂਟ ਕੱਢ ਲੈਂਦੇ ਆਪਾਂ ਛੋਟ ਰੁਪੀਸ ਦੇ ਵਿੱਚ, ਫਿਰ ਹੀ ਮਾਈਨਸ ਕਰਾਂਗੇ 20/100 ਮੀਨਸ 20 ਰੁਪਏ, ਠੀਕ ਹੈ। ਤਾਂ ਪ੍ਰਾਈਸ ਕਿੰਨੀ ਬਣੂਗੀ ਪਹਿਲੇ ਡਿਸਕਾਊਂਟ ਬਾਅਦ? ਮੁੱਲ ਇਹਦਾ 100 ਦੀ ਸੀ, 20 ਰੁਪਏ ਡਿਸਕਾਊਂਟ ਮਿਲ ਗਿਆ, 80 ਰੁਪਏ ਦੀ ਆ ਗਈ, ਠੀਕ ਹੈ। ਫਿਰ ਡਿਸਕਾਊਂਟ ਕਿੰਨਾ ਹੋ ਗਿਆ? ਹੁਣ ਜਿਹੜੀ ਇਹਦੀ ਪ੍ਰਾਈਸ ਸੀਗੀ, ਮੁੱਲ ਸੀਗਾ, ਹੁਣ ਆਪਣੇ ਕੋਲ ਕਿੰਨਾ ਰਹਿ ਗਿਆ? 80 ਰੁਪਏ। ਫਿਰ ਡਿਸਕਾਊਂਟ ਮਿਲਿਆ 10%, ਫਿਰ ਡਿਸਕਾਊਂਟ ਕੱਢ ਲਓ ਇਹਦੇ ਉੱਪਰ ਛੋਟ, 80 ਦਾ ਕਿੰਨਾ ਆਊਗਾ? 10%, 8 ਰੁਪਏ ਫਿਰ ਡਿਸਕਾਊਂਟ ਮਿਲ ਗਿਆ। ਫਿਰ ਪ੍ਰਾਈਸ ਕਿੰਨੀ ਬਣ ਗਈ? ਉਹਦਾ ਮੁੱਲ ਕਿੰਨਾ ਬਣ ਗਿਆ ਵਸਤੂ ਦਾ? 80 - 8 ਕਿੰਨਾ ਬਣ ਗਿਆ? 72 ਰੁਪੀਸ। ਸ਼ੁਰੂ ਦੇ ਵਿੱਚ ਪ੍ਰਾਈਸ ਕਿੰਨੀ ਸੀਗੀ? 100,
ਠੀਕ ਹੈ, ਦੋ ਡਿਸਕਾਊਂਟ ਬਾਅਦ ਕਿੰਨੀ ਹੋ ਗਈ 72, ਮੀਨਸ ਸਿੰਗਲ ਡਿਸਕਾਊਂਟ ਕਿੰਨਾ ਬਣ ਗਿਆ ਛੋਟ, ਟੋਟਲ 100 ਸੀ, 72 ਮਾਈਨਸ ਕਰ ਦਿਉ, ਕਿੰਨੇ ਬਣ ਗਏ ਆਪਣੇ ਕੋਲ 28%। ਠੀਕ ਹੈ, ਪਰਸੈਂਟ ਕਿਉਂਕਿ 100 ਲੈ ਕੇ ਚੱਲੇ ਹਾਂ ਆਪਾਂ, ਸੀ ਪੀ ਏ ਜਿਹੜੀ ਤਾਂ 28% ਬਣ ਗਿਆ। ਨੈਕਸਟ ਹੈਗਾ, ਜੇਕਰ ਕਿ ਸੰਖਿਆ ਦਾ 75% 75 ਵੀ ਜੋੜਿਆ ਜਾਵੇ ਤਾਂ ਨਤੀਜੇ ਵਜੋਂ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ, ਸੰਖਿਆ ਕੱਢਣੀ ਹੈ। ਦੇਖੋ 75% ਆਫ ਏ ਨੰਬਰ, ਨੰਬਰ ਪੈਕਸ ਮੰਨ ਲਾਂਗੇ, ਇਹਦਾ 75% ਮੀਨਸ 70/100। ਠੀਕ ਹੈ, ਇਹਨੂੰ ਆਪਾਂ ਐਡ ਕਰਨਾ ਕਿਹਦੇ ਵਿੱਚ, 75 ਦੇ ਵਿੱਚ, ਤਾਂ ਸੇਮ ਨੰਬਰ ਅਬਟੇਨ ਕਰਦੇ ਹਾਂ, ਮੀਨਸ ਕਿੰਨਾ ਆਊਗਾ ਐਕਸ, ਐਕਸ ਦਾ 75% ਜੇ 75 'ਚ ਜੋੜੀਏ ਤਾਂ ਆਪਣੇ ਕੋਲ ਨੰਬਰ ਕਿੰਨਾ ਆਊਗਾ ਐਕਸ। ਠੀਕ ਹੈ, ਤਾਂ ਬੇਟਾ ਦੱਸੋ ਕਿੰਨਾ ਮੁੱਲ ਆਊਗਾ ਇਹ 25 'ਤੇ ਕੱਟ ਗਿਆ, ਤਾਂ ਬੇਟਾ ਬਾਏ 1 ਕਰਕੇ ਬਟਰਫਲਾਈ ਮੈਥਡ ਲਾ ਕੇ ਸੋਲਵ ਕਰ ਲਓ, 4 3x ਪਲੱਸ 75 × 4 ਕਿੰਨਾ ਆ ਗਿਆ ਆਪਣੇ ਕੋਲ, 300 ਇਜ਼ ਇਕੁਅਲ ਟੂ ਐਕਸ, ਤਾਂ 3x ਪਲੱਸ 300 ਕਿੰਨਾ ਆ ਜੂਗਾ, 4x, ਤਾਂ ਆਪਣੇ ਕੋਲ 300 ਇਜ਼ ਇਕੁਅਲ ਟੂ 4x ਮਾਈਨਸ 3x, ਤਾਂ ਐਕਸ ਕਿੰਨਾ ਆ ਜੂ ਆਪਣੇ ਕੋਲ, 300। ਠੀਕ ਹੈ ਜੀ, ਤਾਂ ਕਿਹੜੇ ਆਨਸਰ ਆਊ ਬੇਟਾ, ਥਰਡ ਆਪਸ਼ਨ। ਥੈਂਕਸ ਬੇਟਾ ਫੋਰ ਵਾਚਿੰਗ ਦਿਸ ਵੀਡੀਓ, ਅੱਛੀ ਲੱਗੀ ਲਾਈਕ ਜ਼ਰੂਰ ਕਰ ਦੇਣਾ। ਥੈਂਕਸ ਬੇਟਾ ਜੀ।